ਵਿਜੀਲੈਂਸ ਬਿਊਰੋ ਨੇ ਮੋਗਾ ਦੇ ਸਾਬਕਾ ਐਸਐਸਪੀ ਰਾਜੀਤ ਸਿੰਘ ਨੂੰ ਪੋਲੀਗ੍ਰਾਫੀ ਟੈਸਟ ਕਰਵਾਉਣ ਤੇ ਲਿਖਿਆ ਹੈ। ਰਾਜੀ ਤੋਂ ਇਹ ਪੁੱਛਗਿੱਛ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਕੀਤੀ ਗਈ। ਇੰਦਰਜੀਤ ਸਿੰਘ ਤੇ ਇਲਜ਼ਾਮ ਹੈ ਕਿ ਉਹ ਡਰੱਗ ਸਮਗਲਰਾਂ ਨੂੰ ਬਚਾਉਣ ਦੇ ਲਈ ਲੈਬਾਰਟਰੀ ਦੀਆਂ ਰਿਪੋਰਟਾਂ ਦੇ ਵਿੱਚ ਫੇਰਬਦਲ ਕਰਵਾਉਂਦਾ ਸੀ। ਰਾਜੀਤ ਸਿੰਘ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ ਦੇ ਅੱਗੇ ਪੇਸ਼ ਹੋਏ, ਜਿੱਥੇ ਉਹਨਾਂ ਤੋਂ ਗ੍ਰਿਫਤਾਰ ਕੀਤੇ ਗਏ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ। ਰਾਜੀਤ ਦੇ ਐਸਐਸਪੀ ਹੁੰਦਿਆਂ ਇੰਦਰਜੀਤ ਤਰਨਤਾਰਨ ਦੇ ਵਿੱਚ ਤਾਇਨਾਤ ਸੀ। ਵਿਜੀਲੈਂਸ ਬਿਊਰੋ ਦੇ ਸੀਨੀਅਰ ਆਫਿਸਰ ਨੇ ਦੱਸਿਆ ਕਿ ਡਰੱਗ ਸਮਗਲਰਾਂ ਨੂੰ ਬਚਾਉਣ ਦੇ ਲਈ ਇੰਦਰਜੀਤ ਖਿਲਾਫ਼ ਦਰਜ ਕੀਤੀ FIR ਦੇ ਵਿੱਚ SSP ਦਾ ਨਾਮ ਦਰਜ ਨਹੀਂ ਹੈ, ਪਰ ਸਾਡੇ ਕੋਲ ਸੂਚਨਾ ਹੈ ਕਿ ਡਰੱਗ ਸਮਗਲਰਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਚਾਉਣ ਬਾਰੇ ਰਾਜੀਤ ਸਿੰਘ ਨੂੰ ਜਾਣਕਾਰੀ ਸੀ। ਇਸ ਲਈ ਅਸੀਂ ਉਸ ਨੂੰ ਪੋਲੀਗ੍ਰਾਫੀ ਟੈਸਟ ਕਰਵਾਉਣ ਦਾ ਮੌਕਾ ਦਿੱਤਾ ਹੈ, ਪਰ ਰਾਜੀਤ ਨੇ ਪੋਲੀਗ੍ਰਾਫੀ ਟੈਸਟ ਬਾਰੇ ਫੈਸਲਾ ਲੈਣ ਦੇ ਲਈ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਰਾਜੀਤ ਸਿੰਘ ਦੇ ਖਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਉਹਨਾਂ ਨੂੰ ਡਰ ਸੀ ਕਿ ਰਾਜੀਤ ਦੇਸ਼ ਛੱਡ ਕੇ ਭੱਜ ਸਕਦਾ ਹੈ। ਇਸ ਮਾਮਲੇ ਵਿੱਚ ਦਰਜ ਹੋਈ FIR ਦੇ ਮੁਤਾਬਕ ਡਰੱਗ ਮਾਮਲੇ ਦੇ ਮੁਲਜ਼ਮ ਅਤੇ ਖਰੜ ਸਰਕਾਰੀ ਲੈਬਾਰਟਰੀ ਦੇ ਲੈਬ ਟੈਕਨੀਸ਼ੀਅਨ ਜਗਦੀਪ ਸਿੰਘ ਨੇ ਰਮਿੰਦਰਪਾਲ ਤੇ ਪਵਨ ਨਾਂ ਦੇ ਲੋਕਾਂ ਦੇ ਰਾਹੀਂ ਇੰਦਰਜੀਤ ਸਿੰਘ ਨੂੰ ਕਥਿਤ ਤੌਰ ਤੇ 17 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਸ ਬਦਲੇ ਜਗਦੀਪ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਉਸ ਨੂੰ ਡਰੱਗ ਕੇਸ ਵਿੱਚ ਸਰਕਾਰੀ ਗਵਾਹ ਬਣਾ ਲਿਆ ਜਾਏਗਾ। ਹਾਲਾਂਕਿ ਇਸ ਕੇਸ ਵਿੱਚ ਉਹ ਮੁੱਖ ਮੁਲਜ਼ਮ ਸੀ। ਮਾਮਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਦੇ SP ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਗਦੀਪ ਨੂੰ ਸਰਕਾਰੀ ਗਵਾਹ ਬਣਾਉਣ ਦੇ ਲਈ ਇੰਦਰਜੀਤ ਨੇ ਉਸ ਵੇਲੇ ਦੇ ਤਰਨ ਤਾਰਨ ਦੇ SSP ਰਾਜਜੀਤ ਸਿੰਘ ਤੋਂ ਮਨਜ਼ੂਰੀ ਲਈ ਸੀ। ਪ੍ਰਿਤਪਾਲ ਨੇ ਦੱਸਿਆ ਕਿ ਅਸੀਂ ਜਗਦੀਪ ਸਿੰਘ ਅਤੇ ਇੰਦਰਜੀਤ ਸਿੰਘ ਦੇ ਵੱਲੋਂ ਕੀਤੇ ਦਾਅਵਿਆਂ ਅਤੇ ਰਾਜਜੀਤ ਸਿੰਘ ਦੇ ਵੱਲੋਂ ਦਿੱਤੇ ਬਿਆਨਾਂ ਦੇ ਵਿੱਚ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਰਾਜਜੀਤ ਤੋਂ ਇਸ ਮਾਮਲੇ ਵਿੱਚ ਉਸ ਦੀ ਸਿੱਧੀ ਭੂਮਿਕਾ ਬਾਰੇ ਸਵਾਲ ਪੁੱਛੇ ਨੇ ਅਤੇ ਅਗਲੇ ਹਫ਼ਤੇ ਪੁੱਛਗਿੱਛ ਦੇ ਲਈ ਉਸ ਨੂੰ ਫਿਰ ਤੋਂ ਬੁਲਾਇਆ ਗਿਆ ਹੈ। ਰਾਜੀਤ ਸੂਬੇ ਦੇ 3 DGP ਪੱਧਰ ਦੇ ਉੱਚ ਪੁਲਿਸ ਅਫਸਰਾਂ ਦੀ ਆਪਸੀ ਲੜਾਈ ਦਾ ਕੇਂਦਰ ਵੀ ਹੈ। DGP ਸਿਧਾਰਥ ਚੱਟੋਪਾਧਿਆ ਨੇ ਇਲਜ਼ਾਮ ਲਾਇਆ ਕਿ DGP ਸੁਰੇਸ਼ ਅਰੋੜਾ ਤੇ DGP ਦਿਨਕਰ ਗੁਪਤਾ ਰਾਜੀਤ ਦਾ ਬਚਾਅ ਕਰ ਰਹੇ ਨੇ, ਜਦਕਿ STF ਦੇ ਮੁਖੀ ਅਤੇ ਵਧੀਕ DGP ਹਰਪ੍ਰੀਤ ਸਿੱਧੂ ਨੇ ਵੀ ਡਰੱਗ ਮਾਮਲੇ ਦੇ ਵਿੱਚ ਰਾਜੀਤ ਦੀ ਸ਼ਮੂਲੀਅਤ ਬਾਰੇ ਇਸ਼ਾਰਾ ਕੀਤਾ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।